ਸਸ਼ੀਕਾਲ ਮੈਂ ਬੈਰੀਆਟ੍ਰਿਕ ਕੋਆਰਡੀਨੇਟਰ ਜੰਮੂ ਹਸਪੀਟਲ ਚਲੰਦਰ ਤੋਂ ਆਸਨਾ ਸਾਡੇ ਪੇਸ਼ੈਂਟ ਹੈ ਮਿਸਟਰ ਜਗਰੂਪ ਅਰੋੜਾ ਜਿਨ੍ਹਾਂ ਨੇ ਸਰ ਤੋਂ 5.5 ਸਾਲ ਪਹਿਲਾਂ ਮਿੰਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਾਈ ਸੀਗੀ ਅੱਜ ਅਸੀਂ ਜਾਣਦੇ ਹਾਂ 5.5 ਸਾਲ ਵਿੱਚ ਸਫ਼ਰ ਕਿੱਦਾਂ ਦਾ ਰਿਹਾ ਸਸ਼ੀਕਾਲ ਅੰਕਲ ਜੀ ਤੁਸੀਂ ਸਭ ਤੋਂ ਪਹਿਲਾਂ ਦੱਸੋ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਤਲਵੰਡੀ ਬਾਈ ਡਿਸਟ੍ਰਿਕਟ ਗੋਸਪਰ ਜੀ ਤੁਹਾਡੀ ਏਜ ਕਿੰਨੀ ਹੈਗੀ ਹੈ ਤੁਸੀਂ ਕੀ ਕਰਦੇ ਹੋ 55 ਸਾਲ ਦੇ ਜੀ ਸਵੀਟ ਸ਼ਾਪ ਦਾ ਕੰਮ ਜੀ ਤੁਸੀਂ ਸਰ ਤੋਂ ਅੱਜ ਤੋਂ 5.5 ਸਾਲ ਪਹਿਲਾਂ ਆਪਰੇਸ਼ਨ ਕਰਾਇਆ ਸੀਗਾ ਤੁਹਾਡਾ ਕਿੰਨਾ ਭਾਰ ਸੀਗਾ ਉਸ ਟਾਈਮ 175 ਤੇ ਅੱਜ ਹੈਗਾ 98 ਕਿਲੋ ਮਤਲਬ ਕਿ ਤੁਸੀਂ ਇਹ ਪੂਰੇ ਸਫ਼ਰ ਵਿੱਚ ਆਲਮੋਸਟ 75 ਕਿਲੋ ਤੋਂ ਜ਼ਿਆਦਾ ਭਾਰ ਘਟਾ ਲਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਇੰਨਾ ਭਾਰ ਘਟਾ ਲਿਆ ਮੈਨੂੰ ਯਾਦ ਹੈ ਜਦੋਂ ਤੁਹਾਡਾ ਆਪਰੇਸ਼ਨ ਹੋਇਆ ਸੀਗਾ ਤੁਹਾਡਾ ਚੱਲਣਾ ਵੀ ਬਹੁਤ ਮੁਸ਼ਕਲ ਸੀਗਾ ਸਾਹ ਵਗੈਰਾ ਚੜ੍ਹਦਾ ਸੀਗਾ ਬਹੁਤ ਵਧੀਆ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਸਾਰੇ ਕੰਮ ਕਰ ਰਹੇ ਹੋ ਆਪਣੇ ਆਪ ਬਹੁਤ ਵਧੀਆ ਤਾਂ ਜਿੰਨਾ ਕਿ ਪੂਰਾ ਐਕਟਿਵ ਬਣ ਸਾਰਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਤਾਂ ਨਹੀਂ ਆਈ ਤੁਹਾਨੂੰ ਇਹਨਾਂ ਸਾਡੇ 5.5 ਸਾਲ ਵਿੱਚ ਕੋਈ ਪ੍ਰੋਬਲਮ ਨਹੀਂ ਬੜੇ ਸਾਰੇ ਲੋਕ ਆਪਰੇਸ਼ਨ ਦੇ ਨਾਲ ਤਾਂ ਡਰਦੇ ਉਹਨਾਂ ਲੱਗਦਾ ਪਤਾ ਨਹੀਂ ਕੀ ਹੋ ਜਾਣਾ ਆਪਰੇਸ਼ਨ ਕਰਾ ਲਿਆ ਸਾਡੇ ਤੋਂ ਉੱਠਿਆ ਨਹੀਂ ਜਾਣਾ ਕਮਜ਼ੋਰੀ ਆ ਜੂਗੀ ਖਾਦਾ ਪੀਤਾ ਨਹੀਂ ਜਾਣਾ ਸਾਡੇ ਤੋਂ ਕੰਮ ਕਾਜ ਨਹੀਂ ਹੋਣਾ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਕਿ ਬਿਲਕੁਲ ਤੁਸੀਂ ਆਪਣੇ ਸਾਰੇ ਕੰਮ ਆਪਣੇ ਆਪ ਕਰ ਰਹੇ ਹੋ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਮਹਿਸੂਸ ਤਾਂ ਨਹੀਂ ਹੁੰਦੀ ਕਾਫੀ ਸਾਰੇ ਲੋਕ ਡਰਦੇ ਆ ਚਾਹੁੰਦੇ ਜਿਨ੍ਹਾਂ ਨੇ ਆਪਰੇਸ਼ਨ ਕਰਾਇਆ ਸੀ ਇੱਕ ਵਾਰੀ ਉਹਨਾਂ ਨਾਲ ਗੱਲ ਕਰ ਲਈਏ ਅਗਰ ਕੋਈ ਤੁਹਾਡੇ ਨਾਲ ਗੱਲ ਕਰਨਾ ਚਾਹੇ ਤੇ ਤੁਹਾਨੂੰ ਫੋਨ ਕਰ ਸਕਦਾ ਹੈ ਤੁਸੀਂ ਆਪਣਾ ਨੰਬਰ ਦੱਸ ਸਕਦੇ ਹੋ 9763 ਜੀ 9763 ਠੀਕ ਹੈ ਜੀ ਜਦੋਂ ਮਰਜ਼ੀ ਰੁਕਾ ਹੋਵੇ ਤੁਹਾਡਾ ਜੰਮੂ ਹਸਪੀਟਲ ਨਾਲ ਇੱਥੇ ਸਟਾਫ ਨਾਲ ਡਾਕਟਰ ਸਾਹਿਬ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਬਹੁਤ ਵਧੀਆ ਐਸੀ ਗੁੱਡ ਵੈਲ ਪਿਆਰ ਤੁਸੀਂ ਖੁਸ਼ ਹੋ ਸਾਡੀ ਸਰਵਿਸਿਸ ਤੋਂ ਬਿਲਕੁਲ ਬੈਠਾ ਓਕੇ ਜਾਨ ਇੱਕ ਛੋਟਾ ਜਿਹਾ ਮੈਸੇਜ ਦਿਓ ਜਿਹੜੇ ਲੋਕੀ ਮੋਟਾਪੇ ਨਾਲ ਰਹਿੰਦੇ ਆ ਡਰਦੇ ਆ ਪਰ ਆਪਰੇਸ਼ਨ ਨਹੀਂ ਕਰਾ ਰਹੇ ਕਿ ਆਪਰੇਸ਼ਨ ਕਰਾਉਣਾ ਇੱਕ ਵਧੀਆ ਡਿਸੀਜਨ ਹੈਗਾ ਕਿ ਬਹੁਤ ਵਧੀਆ ਜੀ ਆਪਣੀ ਜ਼ਿੰਦਗੀ ਬਤਾਓ ਆਪਰੇਸ਼ਨ ਕਰਾਓ ਬਿਲਕੁਲ ਓਕੇ ਠੀਕ ਹੈ ਥੈਂਕ ਯੂ ਸੋ ਮਚ ਤੁਹਾਡਾ ਐਕਸਪੀਰੀਅੰਸ ਸ਼ੇਅਰ ਕਰਨ ਲਈ